ਕੀ ਗੱਲ ਤੁਸੀਂ ਐ ਬੈਠੇ ਹੋ ਬਾਹਰ ਮੇਰਾ ਵੀਰ ਮੈਨੂੰ ਲੈਣ ਆਇਆ ਪਤਾ ਮੈਨੂੰ ਇਹੋ ਜਿਹਾ ਮੂੰਹ ਕਿਉਂ ਬਣਾਇਆ ਨਾ ਮੂੰਹ ਨਾ ਬਣਾਵਾਂ ਤਾਂ ਹੋਰ ਕੀ ਕਰਾਂ ਤੂੰ ਜਾਣਾ ਨੱਚਾਂ ਭੰਗੜੇ ਪਾਵਾਂ ਤੀਆਂ ਤੇ ਤਾਂ ਜਾਣਾ ਨਾਲੇ ਥੋੜੇ ਦਿਨਾਂ ਦੀ ਤਾਂ ਗੱਲ ਹੈ ਥੋੜੇ ਦਿਨਾਂ ਦੀ ਤਾਂ ਗੱਲ ਹੈ ਮੇਰਾ ਜੀ ਕਿਵੇਂ ਲੱਗੂ ਤੁਸੀਂ ਨਾਰਾਜ਼ ਨਾ ਹੋਵੋ ਮੈਂ ਬਾਪੂ ਜੀ ਨੂੰ ਕਹਿ ਦੇਣੀ ਆ ਕਿ ਤੁਹਾਨੂੰ ਵੀ ਨਾਲ ਭੇਜ ਦੇਣਗੇ ਓਏ ਨਾ 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 ਦੇਖੀ ਕਿਤੇ ਸਾਡੇ ਵਾਲੇ ਫੌਜਦਾਰ ਨੂੰ ਨਾ ਕਹਿ ਦੀ ਉਹ ਤਾਂ ਕੱਟ ਕੇ ਬੰਦੂਕ ਹੋ ਜੂ ਮੇਰੇ ਦਾਲੇ ਅਖੇ ਆ ਜਾ ਪੁੱਤ ਕਰਾਵਾਂ ਤੈਨੂੰ ਪਰੇਡ ਕੰਮ ਕਾਰ ਕਰਨ ਵਾਲੀ ਤੇ ਸੈਰਾ ਕਰਨ ਨੂੰ ਸ਼ੇਰ ਤੂੰ ਸੱਚੀ ਜਾਣਾ ਮੇਰਾ ਜਮੀ ਜੀ ਨਹੀਂ ਲੱਗਣਾ ਸੱਚੀ ਬਾਪੂ ਜੀ ਨੇ ਮੁੱਝ ਕੇ ਦੱਸੋ ਓਏ ਨਾ 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 ਓਏ ਤੂੰ ਉਹ ਆ ਵੀ ਲਾਲੀ ਛੱਡੀ ਕਰ ਲਈ ਅੱਛਾ ਕਾਕਾ ਪਰ ਖੇਤੀ ਆਪ ਹੀ ਕਰਦੇ ਹੋ ਹਾਂਜੀ ਮਾਸਟਰ ਜੀ ਅੱਧੀ ਕਾਪ ਕਰੀ ਦੀ ਹੈ ਬਾਕੀ ਠੇਕੇ ਦੇ ਦਿੰਦੇ ਆਹੋ ਬਈ ਅੱਜ ਕੱਲ ਦੇ ਮੁੰਡੇ ਕਾਹਨੂੰ ਖੇਤੀ ਕਰਦੇ ਆ ਹੋਰ ਆਪਣਾ ਲਾਲੀ ਕਿਹੜਾ ਕਰਦਾ ਇਹ ਵੀ ਤਾਂ ਆਪਣੇ ਵੱਡੇ ਬਾਈ ਦੀ ਤਰ੍ਹਾਂ ਸਾਰਾ ਦਿਨ ਵਿਹਲਾ ਬੈਠਾ ਬਾਹਰ ਜਾਂਦੇ ਸਕੀਮਾਂ ਹੀ ਕੱਢਦਾ ਰਹਿੰਦਾ ਹੈ ਚੰਗਾ ਭਾਈ ਜੇ ਜਾਣਾ ਹੀ ਹੈ ਤਾਂ ਛੇਤੀ ਕਰੋ ਟਾਈਮ ਨਾਲ ਜਾਓ ਅੱਗੇ ਬੱਦਲ ਚੜਿਆ ਹੋਣਾ ਹੈ ਅੱਛਾ ਬਾਪੂ ਜੀ ਅੱਛਾ ਭਾਈ ਖੁਸ਼ ਰਹੋ ਚੰਗਾ ਬੀਜੀ ਛੇਤੀ ਆ ਜੀ ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਣਾ ਪ੍ਰੀਤ ਜਲਦੀ ਜਲਦੀ ਆ ਜੀ ਮੇਰੇ ਦਿਓਰ ਦਾ ਤੇਰੇ ਬਿਨਾਂ ਬਿਲਕੁਲ ਜੀ ਨਹੀਂ ਲੱਗਣਾ ਕਿਉਂ ਲਾਲੀ ਦੱਸ ਦੇ ਇਹਨੂੰ ਜੀ ਲੱਗ ਜੂ ਕਿ ਨਹੀਂ ਚਲੋ ਕਵੇਲਾ ਨਾ ਕਰੋ ਫਟਾਫਟ ਗੱਡੀ 'ਚ ਬੈਠੋ